ਇਹ ਵੀਡੀਓ ਚੌਧਰੀ ਤਸੱਦਕ ਗੁੱਜਰ ਸਾਹਿਬ ਫਖਰੇ ਮੰਡੀ ਬਹਾਉਦੀਨ ਹਾਲ ਮੁਕੀਮ ਅਮਰੀਕਾ ਵਾਲੇ ਕੀ ਫਰਮਾਇਸ਼ ਪੇ ਬਣਾਈ ਗਈ। ਅਸਲਾਮ ਅਲੈਕੁਮ ਨਾਜ਼ਰੀਨ, ਮੈਂ ਆਪਕਾ ਹੋਸਟ ਬਾਗ ਅਲੀ ਬਲੋਚ ਐਡਵਾਂਸ ਫਾਰਮਿੰਗ ਟੀ ਵੀ ਯੂਟਿਊਬ ਚੈਨਲ ਸੇ। ਨਾਜ਼ਰੀਨ, ਆਜ ਹਮ ਮੌਜ਼ਾ ਸਲਦੇਰਾ ਬੁਰੇ ਵਾਲਾ ਮੈਂ ਆਏ ਹੋਏ ਹੈ। ਹਾਜੀ ਨਜ਼ੀਰ ਖਾਂ ਸਲਦੇਰਾ ਉਨਕੇ ਫਾਰਮ ਪੇ ਮੌਜੂਦ ਹੈ। ਪਿਓਰ ਨੀਲੀ ਕੇ ਜਾਨਵਰ ਹੈ ਉਨਕੇ, ਅਰਸਾ ਦਰਾਜ ਸੇ ਉਨਕੇ ਪਾਸ ਇੱਕ ਬਰੀਡ ਚਲੀ ਆ ਰਹੀ ਹੈ। ਤੋ ਦੋਸਤੋ ਨੇ ਕਾਫੀ ਸਾਰੇ ਲੋਗੋ ਨੇ ਮੈਸੇਜ ਕੀਆ ਥਾ ਕਿ ਉਨਕੇ ਜੋ ਹੈ ਨਾ ਫਾਰਮ ਕਾ ਵਿਜ਼ਿਟ ਕਰਵਾਏ, ਜਾਨਵਰੋ ਕੇ ਬਾਰੇ ਮੈਂ ਬਤਾਏ। ਤੋ ਹਮ ਆਜ ਪਹੁੰਚੇ ਹੈ, ਤੋ ਜੋ ਇਨਕੇ ਇੰਤਜ਼ਾਮਾਤ ਸੰਭਾਲਤੇ ਹੈ ਮੀਆਂ ਸਾਹਿਬ, ਵੋ ਆਜ ਮੌਜੂਦ ਨਹੀਂ ਹੈ, ਲਾਹੌਰ ਹੈ। ਉਨਕੇ ਛੋਟੇ ਭਾਈਏ ਹੈ ਔਰ ਵੋ ਕਹਤੇ ਹੈ ਜੀ ਮੁਝੇ ਇਤਨਾ ਇਨਕੇ ਬਾਰੇ ਮੈਂ ਪਤਾ ਨਹੀਂ ਹੈ, ਯੇ ਆਪ ਦੇਖ ਸਕਤੇ ਹੈ। ਮੀਆਂ ਸਾਹਿਬ ਆਪਣੇ ਨਾਂ ਅਤੇ ਗਾਓਂ ਵਗੈਰਾ ਦਾ ਤਾਰਫ ਕਰਾ ਦਿਓ, ਬਾਕੀ ਮੈਂ ਫਿਰ ਦੇਖ ਲਵਾਂਗਾ। ਮੇਰਾ ਨਾਮ ਹੈ ਜੀ ਸਾਕਿਬ ਖਾਨ ਸਲਦੇਰਾ ਜੀ। ਜੀ, ਅਤੇ ਇਹ ਮੌਜ਼ਾ ਸਲਦੇਰਾ ਹੈ ਜੀ। ਜੀ, ਨਜ਼ਦੀਕ ਕੱਚੀ ਪੱਕੀ ਜੀ। ਜੀ, ਅਤੇ ਇਹ ਆਬਾਦੀ ਹੈ, ਹਰ ਸਲਦੇਰੇ ਆਪਣੀ ਆਪਣੀ ਰਕਬਿਆਂ ਦੇ ਵਿੱਚ ਬਣਾਈ ਹੋਈ ਹੈ। ਇਹ ਆਬਾਦੀ ਵੱਜਦੀ ਹੈ ਜੀ ਆਪਣਾ ਮਕਾਨੇ ਜੀ। ਜੀ, ਹਾਜੀ ਨਜ਼ਦੀਕ ਖਾਨ ਸਲਦੇਰੇ ਬੂਰੇ ਵਾਲਾ। ਹਾਂਜੀ, ਹੈਗਾ ਬੂਰੇ ਵਾਲਾ, ਆਪਣਾ ਮੌਜ਼ਾ ਸਲਦੇਰਾ ਨਾ ਜੀ, ਤਹਿਸੀਲ ਬੂਰੇ ਵਾਲਾ। ਅੱਛਾ ਮੀਆਂ ਸਾਹਿਬ, ਆਪਣਾ ਨੰਬਰ ਬੋਲ ਦੇ ਵਿੱਚ। 0300 ਜੀ 6997979। ਦੂਸਰੇ ਤਰੀਕੇ ਵੀ ਬੋਲ ਦਿਓ, 0300 ਪੂਰਾ ਜਿਸ ਤਰ੍ਹਾਂ 0300 6997779। ਨਾਜ਼ਰੀਨ, ਆਪਣੇ ਸੁਣ ਲਿਆ ਹੈ, ਕੋਈ ਵੀ ਜਾਨਵਰ ਕਿਸੀ ਕੇ ਬਾਰੇ ਮੈਂ ਆਪਨੇ ਫੋਨ ਕਰਨਾ ਹੋ ਤੋ ਆਪ ਡਾਇਰੈਕਟਲੀ ਮਾਲਕੋਂ ਕੋ ਕਰ ਸਕਤੇ ਹੈ। ਬਾਬਾ ਜੀ ਆਓ, ਅੱਗੇ ਇਸ ਮੱਝ ਨੂੰ ਥੋੜ੍ਹਾ ਜਿਹਾ ਘੁਮਾਓ। ਕੀ ਨਾਂ ਹੈ ਇਹਦਾ? ਸੋਹਣੀ, ਇਹ ਜੀ ਸੋਹਣੀ ਬਰੀਡ ਹੈ ਸਲਦੇਰਾ ਸਾਹਿਬਾਨ ਦੀ। ਤੁਸੀਂ ਦੇਖ ਸਕਦੇ ਹੋ ਮਾਸ਼ਾਅੱਲਾ, ਹੱਡੀ ਪੁੱਠਾ, ਇੰਤਹਾਈ ਖੂਬਸੂਰਤ ਜਾਨਵਰ। ਇਹ ਸਾਰਾ ਤੁਹਾਨੂੰ ਵਿਜ਼ਿਟ ਕਰਾ ਦਿੱਤਾ ਹੈ, ਵਿਰਲਾ ਇੰਤਹਾਈ ਅੱਛੀਆਂ ਨੇ ਮੱਝ ਕੋਲ। ਇਹ ਅੱਗੇ ਬਾਬਾ ਜੀ, ਇਹ ਕੂਰੀ, ਇਹ ਕੂਰੀ ਹੈ ਜੀ ਨਜ਼ੀਰ ਸਾਹਿਬਰਾਂ ਦੀ ਕੂਰੀ ਮੱਝ ਹੈ। ਕਿੰਨਵੇਂ ਸੂਏ 'ਚ ਹੈ ਜੀ? ਭਾਈ ਲੈਣਾ ਜੀ, ਥਣ ਥੋੜ੍ਹੇ ਜਿਹੇ ਜ਼ਖਮੀ ਹੋਏ ਹੋ ਇਹਨੇ ਦੇ, ਅੰਗਿਆਰੀ ਦਵਾਈ ਚੱਲ ਰਹੀ ਉਹਦੀ, ਅੱਲਾ ਖੈਰ ਕਰੇਗਾ। ਬਾਕੀ ਮੱਝ ਬਾ ਕਮਾਲ ਹੈ, ਖੂਬਸੂਰਤ ਜਾਨਵਰ ਹੈ। ਇਹ ਮੀਆਂ ਜੀ, ਇਹ ਕੂੰਜ ਹੈ, ਕੂੰਜ ਹੈ, ਮੇਰਾ ਖਿਆਲ ਹੈ ਇਹਨੂੰ ਕੱਟਾ ਮੂੰਹ ਮਾਰ ਗਿਆ, ਥਣ ਭਰੀ ਖੜੀ ਹੈ। ਅੱਛਾ, ਧਾਰਾਂ ਪਾਈ ਖੜੀ ਨਵੀਂ ਹੁੰਦੀ ਪਈ, ਠੀਕ ਹੋ ਗਿਆ ਜੀ। ਬਾਬਾ ਜੀ ਕਹਿ ਰਹੇ ਨਾ ਧਾਰਾਂ ਪਾਈ ਖੜੀ ਹੈ, ਨਵੀਂ ਹੋ ਰਹੀ ਹੈ ਜੀ। ਇਹ ਮੱਝ ਜਿਹੜੀ ਹੈ ਨਾ, ਇਹ ਨਵੀਂ ਹੋ ਰਹੀ ਹੈ। ਅੱਛਾ ਜੀ, ਇਹਦਾ ਨਾਂ ਹੈ ਕੂੰਜ, ਐਵੇਂ ਨਾ ਬਾਬਾ ਜੀ, ਠੀਕ ਹੋ ਗਿਆ। ਅੱਗੇ ਇਹ ਕਿਹੜੀ ਹੈ ਜੀ? ਇਹ ਬਾਗ ਮੱਝ ਹੈ ਜੀ, ਇਹ ਸਲਦੇਰਾ ਸਾਹਿਬਾਨ ਦੀ ਬਾਗ ਮੱਝ ਹੈ ਜੀ, ਮਾਸ਼ਾਅੱਲਾ। ਬਾਕੀ ਤੁਸੀਂ ਦੇਖ ਸਕਦੇ ਹੋ, ਇੰਤਹਾਈ ਸ਼ਾਨਦਾਰ ਜਾਨਵਰ ਹੈ। ਇਹ ਪਹਿਲੇ ਨੇ, ਕੀ ਨਾਂ ਹੈ ਇਹਦਾ? ਮਲੂਕ, ਮਲੂਕਾ, ਯਾਨੀ ਕਿ ਮਾਸ਼ਾਅੱਲਾ ਬੜਾ ਖੂਬਸੂਰਤ ਹਵਾਨੇ ਦੀ ਮਾਲਕ ਹੈ। ਖਾਨੇ ਅਲੱਗ ਅਲੱਗ ਨੇ, ਬਿਰਲਾਂ ਬਹੁਤ ਪਿਆਰੀਆਂ ਨੇ, ਉਂਝ ਵੀ ਸ਼ਾਨਦਾਰ ਖੂਬਸੂਰਤ ਜਾਨਵਰ ਹੈ। ਇਹ ਬਾਬਾ ਜੀ, ਇਹ ਵੀ ਪਹਿਲੇ ਨੇ, ਇਹਦਾ ਨਾਂ ਵੀ ਬਾਗ ਹੈ ਅਤੇ ਬਾਗ ਦੀ ਇਹ ਧੀ ਹੈ ਜੀ। ਹੱਡੀ ਦੇਖ ਸਕਦੇ ਹੋ ਨਾਜ਼ਰੀਨ, ਪੁੱਠਾ ਖੁੱਡਾ, ਇੰਤਹਾਈ ਸ਼ਾਨਦਾਰ ਜਾਨਵਰ ਨੇ, ਖੂਬਸੂਰਤ ਅੱਡਰ ਦੀਆਂ ਮਾਲਕ ਨੇ। ਇਹ ਦੇਖ ਸਕਦੇ ਹੋ ਅੱਛੀਆਂ ਬਿਰਲਾਂ, ਅੱਛੇ ਜਾਨਵਰ, ਇੰਤਹਾਈ ਪਿਆਰੇ। ਇਹ ਬਾਬਾ ਜੀ ਮਾਣਕੀ, ਹਾਂ ਮਾਣਕੀ, ਸਹੀ ਹੈ, ਦੇਖ ਸਕਦੇ ਹੋ ਨਾਜ਼ਰੀਨ। ਇਹ ਕੱਲ੍ਹ ਸੂਈਏ, ਥੋੜ੍ਹਾ ਜਿਹਾ ਥਣਾਂ 'ਚ ਹਵਾ ਆ ਜਾਂਦੇ ਹਾਲੇ, ਉਹ ਇੱਕ ਅੱਧੇ ਦਿਨ 'ਚ ਕਲੀਅਰ ਹੋ ਜਾਏਗਾ, ਲੇਕਿਨ ਚਾਰੋ ਖਾਨੇ ਅਲੱਗ ਨੇ ਬਿਰਲਾਂ, ਮਾਸ਼ਾਅੱਲਾ ਇੰਤਹਾਈ ਸ਼ਾਨਦਾਰ ਜਾਨਵਰ ਹੈ। ਇਹਦਾ ਨਾਂ ਕੀ ਹੈ? ਇਹ ਉਹ ਕੂੰਜ ਪਰਲੀ ਦੀ ਮਾਂ ਹੈ। ਅੱਛਾ, ਮਾਸ਼ਾਅੱਲਾ ਜ਼ਬਰਦਸਤ ਜਾਨਵਰ ਹੈ, ਇੰਤਹਾਈ ਸ਼ਾਨਦਾਰ ਅਤੇ ਇੰਤਹਾਈ ਖੂਬਸੂਰਤ। ਇਹ ਮੇਰੇ ਖਿਆਲ ਪਹਿਲਣ ਸੂਣ ਵਾਲੀ ਹੈ, ਇਹ ਛੋਟੀ ਜੀ ਮਾਸ਼ਾਅੱਲਾ ਤਿਆਰ ਹੈ, ਥੋੜ੍ਹਾ ਹੀ ਟਾਈਮ ਲੈਂਦੀ ਖੁੱਡੇ ਕੱਢੀ ਖਲੀ, ਅੱਜ ਸੂਪ ਹੋਵੇ ਕੱਲ੍ਹ ਸੂਪ ਹੋਵੇ ਇਹਦਾ। ਇਹ ਅੱਗੇ ਇਹ ਜੀ ਸ਼ਿੰਗਾਰ ਮੱਝ ਹੈ ਜੀ, ਮਾਸ਼ਾਅੱਲਾ ਤੁਸੀਂ ਇਹਦਾ ਆਰਡਰ ਵੇਖ ਸਕਦੇ ਹੋ। ਬਾਬਾ ਜੀ ਹਿਲਾਓ, ਵਿਰਲ ਮੇਰੇ ਗਿੱਠ ਤੋਂ ਵੀ ਜ਼ਿਆਦਾ ਹੈ ਮਾਸ਼ਾਅੱਲਾ, ਜਾਨਵਰ ਬੜਾ ਸ਼ਾਨਦਾਰ ਹੈ।
एना तुसी देख सकते हो अगे चलो जान दो बाबा जी खान दो जी नहीं नहीं हाले इन्हू मैं पूरा करन दो ए बड़िया क्वालिटियां माशाल्लाह माझे च नाजरीन देख सकते हो खूबसूरत जानवर इंतहाई खूबसूरत सिंगल हड्डी क्वालिटियां तुसी बहुत बेहतर जान दो दी इसे दी कूंज दी ए भी कूंज नसल चो है जी अगे आ गया जी हाई साहब का वड्डा ब्रीडर एक छोटा भी खड़ा है वो भी तुहानू बाद च दिखाने है ए तुसी देख सकते हो नाजरीन इंतहाई शानदार जानवर है सब तो अच्छी गल जड़े शिकारी लभदे ने जी आंडा अलग अलग वखरियां वखरियां खड़ियां होन वो चीज़ां इहदे च मौजूद ने सिंगल हड्डी का बा कमाल ब्रीडर उच्चा लंबा कद माशाला इंतहाई शानदार जानवर इदा के जानवर हूँ अजक ताले च औखे लभदे ने तुसी बेहतर समझ दो एदा मूँह चुकवाना जी उरे नू देख सकते हो नाजरीन बहुत ही लाजवाब जानवर है माशाल्लाह हाई साहब अगे आओ और दूजियां ते परली साइड तो मझा करके तो फिर जोटियां ले आवां ए देख सकते हो भी मेरा ख्याल है पहले तैयार हो रही है हाले हुण थोड़ा बहुत हमाना उतार रही है देख लो नाजरीन बहुत ही प्यारी झोटी है माशाल्लाह क्या बात है खूबसूरत शानदार जानवर नीली दे सलदेरा साहब दे डेरे ते आजी नज़ीर सलदेरा साहब बुरे अल्ला पर माशाल्लाह ताल सेवा सलदेरा साहब कोल बहुत अच्छी है जानवरां दी जानवर मोटे भी ने सौखे भी ने देख सकते हो एदा की नाम है जी साहब सोहनी है चूहे माशाल्लाह कोई गल नहीं देख ले समय खैर है कुरी थोड़ी जी डॉक्टर समझ के डरती पई है और कोई इशू नहीं ये फिर मजा समझदी ने कोई टीके वाला ना आ गया हो अलग जहा बंदा ए डेड़ी ये कुंजा चू है जी माशाल्लाह तुसी देख सकते हो सिर्फ जानवर डरदा पे है लिहाजा मैं छोटे जड़े ब्रीडर ते जावांगा ते इंदे तो आपां अगे चलांगे ए जी ए कूरी मैं दा पुत्तर है जी पिछे तुहानू कूरी मैं दिखा चुके हैं ते प्यो इहदा ओही है वड्डा जड़ा परे खड़ा है नाजरीन देख सकते हो इंतहाई शानदार ब्रीडर बड़ी प्यारी अख नकौड़ सिर सिंगी हड्डी पिछ थोड़ा जिहा बैक साइड देना इंदा जरा आंडा का आंडा इंदियां भी प्योली कार अलग अलग ने जी बड़ा शानदार ब्रीडर है ए अगे छोटियां ने जी इन्ना ही मझां चूहन ए बड़ी प्यारी छोटी जी आंडा दी लेकिन छोटियां ने क्योंकि डरदियां पईयां ने ते ज़्यादा उन्हां ते आपां बहस नहीं करांगे अगे नाजरीन मैनूं इन्ना ज़्यादा ते इलम नहीं है गावां दे बारे च लेकिन एक तैराना जी नज़र तुहानूं हाई साहब दे गावां वाले शर्ट च भी लगवाने हैं तो बस वो दिखावांगे जानवर बाकी तुसीं खुद आइडिया लाने ने क्योंकि मैनूं उन्हां दे बारे च इन्ना ज़्यादा इलम नहीं है ए नाजरीन लियारे बच्चे खड़े ने हाई साहब दे फार्म दे जानवरां दे जिहड़े जानवर तुसीं पिछे देख चुके हो लियारे ये उन्हां दे बच्चे ने ए अगे इहदा तो पिछले साल वाले बच्चे ने मजी दे देख सकते हो तो अगे गावां शुरू हो जांदियां ने बड़ियां छोटियां तुसीं देख लईयां ने ए दरम्यान वाला फ्लेवर है ए अगे आ गया जी ए बच्चे सारे खड़े ने ए जी वलैती गावां वाला सैक्शन है शेड दे विच जानवर बड़े इंतहाई शानदार ने आइडिया तुसीं आप लाने ने क्योंकि मैनू इहदा इन्ना कोई खास पता नहीं है इन्हां दा ए देख सकते हो नाजरीन ए दांद भी खड़ा है तुहानू एक पूरा चक्कर लवावांगे जानवरां दा हाई साहबरां दा नंबर तुहानू मिल चुका है किसी ने भी किसी बारे च भी कोई से जानवर की मलोमात लैनी होवे गाय की मझ की उन्हां दे डायरैक्टली नंबर ते राबता कर सकते हो नाजरीन अज भी उही मसला है क्योंकि मैं इस विजिट ते निकला है मुल्तान वाली साइड
बुरे वाला सैड बावल नगर तो कैमरामैन नाल नहीं ले आया, लिहाजा मैं खुद कैमरामैन ही करनी पैंदी। तो मैं बैक आ रहा वीडियो, आवाज़ आ रही होगी दोस्तों, लिहाजा मैं फ्रंट पर आ नहीं पा रहा क्योंकि मैं खुद को कैमरामैन ही करनी पै रही। नाज़रीन अगर ये तुहानू वीडियो अच्छी लगे चैनल नू करो सबसक्राइब, दूसरे दोस्तों नू करो शेयर। पाकिस्तान जिंदाबाद, थैंक यू, अल्लाह हाफिज़।